ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਲੈ ਕੇ ਆਈਆਂ ਤੁਹਾਡੇ ਲਈ ਨਵੀਂ ਨਿਊਜ਼ ਇਹ ਨਵੀਂ ਨਿਊਜ਼ ਹੈਗੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲੈ ਕੇ ਪੂਰੀ ਨਿਊਜ਼ ਦੱਸਾਂਗੇ ਜੀ ਤੁਹਾਨੂੰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜਾ ਫੇਸਬੁੱਕ ਦਾ ਫੇਸਬੁੱਕ ਪੇਜ ਦਾ ਜਿਹੜਾ ਲਿੰਕ ਹੈ ਉਹ ਦਿੱਤਾ ਹੋਇਆ ਹੈ ਵੀਡੀਓ ਦੇ ਨੀਚੇ ਜਰੂਰ ਜਾਓ ਤੇ ਫੇਸਬੁੱਕ ਦੇ ਜਿਹੜੇ ਪੇਜ ਨੂੰ ਲਾਈਕ ਕਰੋ ਤਾਂ ਹੁਣ ਆਪਾਂ ਸ਼ੁਰੂ ਕਰਾਂਗੇ ਜੀ ਜਿਹੜੀ ਅੱਜ ਦੀ ਨਿਊਜ਼ ਹੈ PSC EB ਮਤਲਬ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਈ ਹੈ ਉਹ ਨਿਊਜ਼ ਹੈ ਕਿ ਕਿ ਜਿਹੜਾ ਵੀ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜੀਆਂ ਮਾਰਚ 2020 ਦੇ ਵਿੱਚ ਜਿਹੜੇ ਐਗਜ਼ਾਮ ਹੋਣੇ ਆ ਜਿਹੜੀਆਂ ਪ੍ਰੀਖਿਆਵਾਂ ਹੋਣੀਆਂ ਉਹਦੇ ਵਿੱਚ ਜਿਹੜੇ ਵਿਦਿਆਰਥੀ ਹੋਣਗੇ ਉਹਨਾਂ ਨੂੰ ਈ ਸਰਟੀਫਿਕੇਟ ਜਿਹੜੇ ਉਹ ਜਾਰੀ ਕੀਤੇ ਜਾਣਗੇ ਮਤਲਬ ਈ ਸਰਟੀਫਿਕੇਟ ਜਾਰੀ ਕਰਨ ਦਾ ਜਿਹੜਾ ਫੈਸਲਾ ਹੈ ਉਹ ਹੋ ਗਿਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਇੱਕ ਗੱਲ ਹੋਰ ਵੀ ਕੀ ਬੋਰਡ ਦੀ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ 골ਡਨ ਜੁਬਲੀ ਹੈ ਇਸ ਮੌਕੇ ਜਿਹੜੇ ਰੀਪੇਅਰ ਦੇ ਕੰਪਾਰਟਮੈਂਟ ਚ ਅਸਫਲ ਰਹਿਣ ਤੇ ਕਾਰਗੁਜ਼ਾਰੀ ਵਧਾਉਣ ਵਾਲੇ ਪ੍ਰੀਖਿਆਰਥੀਆਂ ਨੂੰ ਹੋਰ ਮੌਕਾ ਦੇਣ ਦਾ ਇੱਕ ਉਹਨਾਂ ਨੇ 골ਡਨ ਚਾਂਸ ਦੇਣ ਦਾ ਵੀ ਨਾਲ ਫੈਸਲਾ ਕਰ ਲਿਆ ਤਾਂ ਪੂਰੀ ਨਿਊਜ਼ ਤੁਹਾਨੂੰ ਮੈਂ ਦੱਸਦਾ ਹੁਣ ਹੈ ਕਿ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਫ ਡਾਇਰੈਕਟਰ ਦੀ ਬਿੱਤੇ ਦਿਨੀ ਹੋਈ ਮੀਟਿੰਗ ਦੌਰਾਨ ਬੈਂਕ ਬੋਰਡ ਆਫ ਬੋਰਡ ਆਫ ਡਾਇਰੈਕਟਰ ਦੇ ਮੈਂਬਰਾਂ ਵੱਲੋਂ ਅਪਾਰਟਮੈਂਟ ਅਸਫਲ ਰਹਿਣ ਵਾਲੇ ਪ੍ਰੀਖਿਆਰਥੀਆਂ ਨੂੰ ਵਿਸ਼ੇਸ਼ ਮੌਕਾ ਮਤਲਬ 골ਡਨ ਚਾਂਸ ਵੀ ਜਿਹੜਾ ਦਿੱਤਾ ਜਾਊਗਾ ਉਹ ਵੀ ਫੈਸਲਾ ਹੋਇਆ ਨਾਲ ਹੀ ਤੁਹਾਨੂੰ ਮੈਂ ਦੱਸ ਦਿਆਂ ਕਿ 5ਵੀਂ ਤੇ 8ਵੀਂ ਜਿਹੜੀ ਕਲਾਸ ਹੈ ਜਮਾਤਾਂ ਉਹਨਾਂ ਦੀਆਂ ਫੀਸਾਂ ਤੈ ਕਰਨ ਦੇ ਅਧਿਕਾਰ ਵੀ ਜਿਹੜੇ ਬੋਰਡ ਚੇਅਰਮੈਨ ਨੂੰ ਦੇ ਦਿੱਤੇ ਗਏ ਆ ਨਾਲ ਜਿਹੜੀ ਹੋਰ ਵੀ ਅੱਗੇ ਮੈਂ ਤੁਹਾਨੂੰ ਦੱਸ ਦਿੰਨਾ ਜੀ ਕੀ ਹੈ ਲਿਖਿਆ ਹੋਇਆ ਹੈ ਕਿ ਮਾਰਚ 2020 ਚ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਕੇਵਲ ਈ ਸਰਟੀਫਿਕੇਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਨਾਲ ਹੀ ਤੁਹਾਨੂੰ ਦੱਸ ਦਈਏ ਜੀ ਸਿੱਖਿਆ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਦੌਰਾਨ 10ਵੀਂ ਤੇ 12ਵੀਂ ਸ਼੍ਰੇਣੀ ਦੀਆਂ ਅਕਾਦਮਿਕ ਸਾਲ 2019-20 ਦੌਰਾਨ ਲਈ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਸਬੰਧਤ ਪ੍ਰੀਖਿਆਰਥੀਆਂ ਨੂੰ ਈ ਸਰਟੀਫਿਕੇਟ ਸਮੇਤ ਸਰਟੀਫਿਕੇਟ ਦੀ ਹਾਰਡ ਕਾਪੀ ਦੇਣ ਸੰਬੰਧੀ ਕੀਤੀ ਕੀਤੀ ਵਿਚਾਰ ਵਟਾਂਦਰਾ ਸਬੰਧੀ ਮੈਂਬਰਾਂ ਨੇ ਫੈਸਲਾ ਕੀਤਾ ਕਿ ਅਕਾਦਮਿਕ ਸਾਲ 2019 ਵੀ ਲਈ ਬੋਰਡ ਦੁਆਰਾ ਮਾਰਚ 2020 ਲਈ ਵੀ ਲਈ ਲੀਆਂ ਜਾਣ ਵਾਲੀਆਂ ਪ੍ਰੀਖਿਆਵਾਂ 'ਚ ਅਪੀਅਰ ਹੋਣ ਵਾਲੇ ਪ੍ਰਕਾਰਤਿਆਂ ਨੂੰ ਕੇਵਲ ਈ ਸਰਟੀਫਿਕੇਟ ਹੀ ਜਾਰੀ ਕੀਤੇ ਜਾਣਗੇ। ਮਤਲਬ ਈ ਸਰਟੀਫਿਕੇਟ ਹੀ ਦਿੱਤੇ ਜਾਣਗੇ ਜਿਹੜੀ ਉਹਨਾਂ ਦੀ ਹਾਰਡ ਕਾਪੀ ਹੈ ਉਹ ਜਿਹੜੀ ਪ੍ਰੀਖਿਆਰਥੀਆਂ ਨੂੰ ਨਹੀਂ ਦਿੱਤੀ ਜਾਊਗੀ। ਤਾਂ ਇਹ ਨਿਊਜ਼ ਜਿਹੜੀ ਪੀਐਸਸੀਬੀ ਦੀ ਹੈ ਹੋਰ ਵੀ ਕੋਈ ਇੰਪੋਰਟੈਂਟ ਜਾਣਕਾਰੀ ਸਾਡੇ ਕੋਲੇ ਆਈ ਤੁਹਾਨੂੰ ਜ਼ਰੂਰ ਦੇਵਾਂਗੇ। ਫਿਰ ਮੈਂ ਦੱਸ ਦਿਆਂ ਜੀ ਜ਼ਰੂਰ ਤੁਹਾਨੂੰ ਵੀਡੀਓ ਦਿਆ ਕਰਾਂਗੇ ਹੋਰ ਵੀ ਤਾਂ ਤੁਸੀਂ ਲਾਈਕ ਸ਼ੇਅਰ ਕਰਦੇ ਵੀਡੀਓ ਨੂੰ ਬਨੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ